ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਆਪਣੇ ਚੋਣਾਵੀ ਮੁੱਦਿਆਂ ਨੂੰ ਲੈ ਕੇ ਬੇਸ਼ੱਕ ਕਮੇਟੀਆਂ ਬਣਾ ਕੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਗੰਭੀਰਤਾ ਵਿਖਾ ਰਹੀ ਹੈ, ਪਰ ਫਿਰ ਵੀ ਭਾਵੇਂ ਹੀ ਮੁੱਦਾ ਕਿਸਾਨਾਂ ਦੇ ਕਰਜ਼ਾ ਮਾਫੀ ਦਾ ਹੋਵੇ ਜਾਂ ਫਿਰ ਰੁਜ਼ਗਾਰ ਦਾ, ਵਿਰੋਧੀ ਦੇ ਲਗਾਤਾਰ ਸਵਾਲ ਚੁੱਕ ਰਿਹਾ। ਇਸ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਕਮੇਟੀ ਬਣਾਈ ਗਈ ਹੈ, ਜਿਸ ਦੇ ਵਿੱਚ ਇਸ ਵਾਰ ਦੇ ਸੈਸ਼ਨ 'ਚ ਹੀ ਬਲੂਪ੍ਰਿੰਟ ਤਿਆਰ ਕਰ ਲਿਆ ਜਾਵੇਗਾ। ਨਾਲ ਹੀ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਇਹ ਹਾਲੇ ਸਾਫ਼ ਨਹੀਂ ਹੈ, ਇਸ ਲਈ ਉਸ ਦੇ ਲਈ ਵਾਈਟ ਪੇਪਰ ਵੀ ਜਾਰੀ ਕੀਤਾ ਜਾਵੇਗਾ। ਕਣਕ ਆਈ ਬਾਅਦ 'ਚ ਹੈ ਅਤੇ ਚੱਕੀ ਪਹਿਲਾਂ ਗਈ, 90% ਪੇਮੈਂਟ ਜਿਹੜੀ ਹੈ ਅਗਲੇ ਦਿਨ ਹੀ ਉਹਨਾਂ ਨੂੰ ਡਿਲੀਵਰ ਹੋ ਗਈ। ਉਸ ਗੱਲ ਦੀ ਵਧਾਈ ਦੇਣ ਦੀ ਬਜਾਏ ਜੇ ਅਗਰ ਕੋਈ ਹੋਰ ਹੀ ਪਾਸੇ ਇਹਨਾਂ ਨੇ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ, ਉਹਦਾ ਤਾਂ ਕੋਈ ਇਲਾਜ ਹੈ ਨਹੀਂ। ਪਰ 2 ਮਹੀਨੇ ਦੇ ਅੰਦਰ ਅਗਰ ਕੋਈ ਪੁੱਛੇ ਵੀ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਕਿਹੜੀ ਉਪਲਬਧੀ ਹੈ, ਉਹ ਆਹ ਉਪਲਬਧੀ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ, ਕਿਸਾਨਾਂ ਦੀ ਵਾਈਟ ਪੇਪਰ ਲਿਆਇਆ ਜਾਊਗਾ, ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਊਗਾ ਵੀ ਕੀ ਹਾਲਾਤ ਬਣੇ ਆ, ਪੰਜਾਬ ਦੇ ਨਾਲ ਕੀ ਕੀਤਾ ਇਹਨਾਂ ਲੋਕਾਂ ਨੇ।